ओके ਉਹ ਸਾਨੂੰ ਕਾਲ ਕਰਦਾ ਆ ਦੋ ਤਿੰਨ ਦਿਨ ਬਾਅਦ ਵੀ ਤੁਸੀਂ ਕਾਲਜ ਨਾ ਜਾਇਓ ਜਦੋਂ ਉਹ ਸਾਨੂੰ ਕਾਲ ਕਰਦਾ ਅਸੀਂ ਇੱਥੇ ਨਵੇਂ ਸੀ ਸਾਨੂੰ ਨਹੀਂ ਸੀ ਪਤਾ ਉਹ ਸਾਨੂੰ ਇੱਕ ਏਕਸਕਿਊਜ਼ ਦਿੰਦਾ ਆ ਕਹਿੰਦਾ ਵੀ ਉਹ ਜਿਹੜੇ ਕਾਲਜ 'ਚ ਤੁਹਾਡੀ ਐਡਮਿਸ਼ਨ ਹੋਈ ਸੀ ਉੱਥੇ ਮੈਂ ਸੀਟਸ ਹੋਲਡ ਨਹੀਂ ਕਰ ਪਾਇਆ ਵੀ ਤੁਸੀਂ ਜਾਂ ਤਾਂ ਕੋਈ ਪ੍ਰਾਈਵੇਟ ਕਾਲਜ ਲੈ ਲਓ ਉੱਥੇ ਜਾਂ ਮੈਂ ਤੁਹਾਨੂੰ ਕਿਸੇ ਗਵਰਨਮੈਂਟ ਕਾਲਜ 'ਚ ਐਡਮਿਸ਼ਨ ਉਹ ਕਰਵਾ ਦੂੰਗਾ ਅੱਛਾ ਤੁਹਾਡੇ ਸਾਰੇ ਗਰੁੱਪ 'ਚੋਂ ਜਿਹੜੇ ਤੁਸੀਂ ਕੰਟੈਕਟ 'ਚ ਇੱਕ ਦੂਜੇ ਦੇ ਤੁਹਾਡੇ ਤੋਂ ਕੋਈ ਵੀ ਨਹੀਂ ਜਿਹੜਾ ਹੈ ਉਹ ਇਟਾ ਕਾਲਜ ਗਿਆ ਹੋਵੇ ਜਿਸ ਕਾਲਜ ਤੇ ਤੁਹਾਨੂੰ ਲੈਟਰ ਦਿੱਤੀ ਗਈ ਸੀ ਮਤਲਬ ਕਈ ਸਟੂਡੈਂਟਸ ਐ ਏਦਾਂ ਆ ਜਿਹੜੇ ਅੱਗੇ ਨਹੀਂ ਆ ਰਹੇ ਹੈਗੇ ਕਈ ਏਦਾਂ ਦੇ ਹੈਗੇ ਵੀ ਉਹਨਾਂ ਨੇ ਫੈਡਰਲ 'ਚ ਅਪੀਲ ਕੀਤੀ ਪਰ ਉਹਨਾਂ ਦੀ ਅਪੀਲ ਆ ਜਿਹੜੀ ਰਿਜੈਕਟ ਹੋ ਗਈ ਪਹਿਲੀ ਗੱਲ ਤਾਂ ਪੁਲਿਸ ਉੱਥੇ ਸੌਂਦੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਹੈਨਾ ਤੇ ਜਿਨ੍ਹਾਂ ਨੇ ਐਫ ਆਈ ਆਰ ਕਰਵਾਈ ਹੈਗੀ ਆ ਉਹ ਪੈਸੇ ਦੇ ਕੇ ਬਾਹਰ ਨਿਕਲ ਜਾਂਦਾ ਰਾਈਟ ਨਾ ਉਹ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡੀ ਐਡਮਿਸ਼ਨ ਉਸ ਕਾਲਜ 'ਚ ਨਹੀਂ ਹੈ ਤਾਂ ਉਸ ਵੇਲੇ ਤੁਸੀਂ ਤੁਹਾਨੂੰ ਤੁਹਾਡੇ ਮਤਲਬ ਕੰਨ ਖੜੇ ਹੋਣੇ ਚਾਹੀਦੇ ਸੀ ਕਿ ਕੁਝ ਗੜਬੜ ਹੈ ਤੇ ਤੁਹਾਨੂੰ ਅਥਾਰਟੀਜ਼ ਨੂੰ ਇਨਫੋਰਮ ਕਰਨਾ ਚਾਹੀਦਾ ਸੀ ਜੇ ਸਾਨੂੰ ਉੱਥੇ ਮਤਲਬ ਸਟੱਡੀ ਪਰਮਿਟ ਮਿਲ ਗਿਆ ਵਰਕ ਪਰਮਿਟ ਤੱਕ ਮਿਲ ਗਿਆ ਸਾਰਾ ਕੁਝ ਹੋ ਗਿਆ ਵਰਕ ਪਰਮਿਟ ਤੇ ਵੀ ਆਈ ਥਿੰਕ ਇਹ ਬੈਕਗਰਾਉਂਡ ਚੈੱਕ ਕਰਦੇ ਆ ਤਾਂ ਉਦੋਂ ਨਹੀਂ ਪਤਾ ਲੱਗਿਆ ਤੇ ਹੁਣ ਪਤਾ ਲੱਗਦਾ ਇਹਨਾਂ ਨੂੰ 4-5 ਸਾਲਾਂ ਬਾਅਦ ਤੇ ਸਾਨੂੰ ਕਿੱਦਾਂ ਪਤਾ ਲੱਗਾ ਹੁਣ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਸਾਡੀ ਵੀ ਗਲਤੀ ਹੈਗੀ ਸੀ ਇਹਨਾਂ ਦੇ ਇੱਕ ਸਟੂਡੈਂਟ ਐਦਾਂ ਕਰ ਸਕਦਾ ਦੋ ਸਟੂਡੈਂਟਸ ਐਦਾਂ ਕਰ ਸਕਦੇ ਇੰਨੇ ਸਟੂਡੈਂਟਸ ਨੇ ਕਰ ਸਾਡੀ ਜੇ ਅਸੀਂ ਐਦਾਂ ਦਾ ਕੁਝ ਕਰਨਾ ਹੁੰਦਾ ਫਿਰ ਅਸੀਂ ਇੱਥੇ ਸਟੱਡੀ ਕਿਉਂ ਲੈਂਦੇ ਇੰਡੀਅਨ ਮੀਡੀਆ ਦੇ ਕੁਝ ਹਿੱਸਿਆਂ ਅਤੇ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਇਹ ਖਬਰਾਂ ਬੜੀਆਂ ਚਰਚਾ ਚ ਨੇ ਕਿ ਕੈਨੇਡਾ ਚ ਪੰਜਾਬ ਤੋਂ ਆਏ ਕਾਫੀ ਵੱਡੀ ਗਿਣਤੀ ਚ ਸਟੂਡੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ ਇਹ ਸਾਰਾ ਮਾਮਲਾ ਕੀ ਹੈ ਪੂਰੀ ਕਹਾਣੀ ਹੈ ਕਿਸ ਤਰ੍ਹਾਂ ਬਣੀ ਅਤੇ ਜਿਹੜੇ ਸਟੂਡੈਂਟਸ ਦੇ ਨੰਬਰ ਦਿੱਤੇ ਜਾ ਰਹੇ ਨੇ ਉਹ ਕਿੰਨੇ ਕੁ ਕਰੈਕਟ ਨੇ ਤੇ ਇਸ ਵੇਲੇ ਓਵਰਆਲ ਸਿਚੁਏਸ਼ਨ ਕੀ ਹੈ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜਿਹੜੇ ਇਹ ਸਟੂਡੈਂਟਸ ਨੇ ਜਿਨ੍ਹਾਂ ਦੇ ਕੁਝ ਕੇਸ ਸਾਹਮਣੇ ਆਏ ਨੇ ਉਹਨਾਂ ਦੀ ਤਰਫੋਂ ਇੱਕ ਸਟੂਡੈਂਟ ਅਤੇ ਇਸ ਪੂਰੇ ਗਰੁੱਪ ਦੇ ਸਪੋਕਸ ਪਰਸਨ ਰਮਨਜੋਤ ਨੇ ਰਮਨਜੋਤ ਪਹਿਲਾਂ ਤੇ ਆਪਾਂ ਨੰਬਰਸ ਤੋਂ ਗੱਲ ਸ਼ੁਰੂ ਕਰਦੇ ਹਾਂ ਕਿਉਂਕਿ ਕੁਝ ਮੀਡੀਆ ਰਿਪੋਰਟਾਂ 'ਚ ਨੰਬਰਸ ਆਏ ਨੇ ਕਿ ਜੀ ਇੰਨੇ ਸਟੂਡੈਂਟਸ ਨੂੰ ਡਿਪੋਰਟ ਕਰ ਦਿੱਤਾ ਗਿਆ ਅਸਲ ਦੇ ਵਿੱਚ ਤੁਸੀਂ ਕਿੰਨੇ ਕੁ ਤੁਹਾਡੀ ਨੌਲੇਜ ਨੇ ਕਿੰਨੇ ਕੁ ਸਟੂਡੈਂਟਸ ਜਿੰਨੇ ਕ ਅਸੀਂ ਕੰਟੈਕਟ ਚ ਹੈਗੇ ਆ ਉਹ ਹੈਗੇ ਅਸੀਂ 65 ਤੋਂ 70 ਸਟੂਡੈਂਟਸ ਪਰ ਇਹਦਾ ਕੋਈ ਕਨਫਰਮ ਨੰਬਰ ਨਹੀਂ ਹੈਗਾ ਇਹ ਇਦਾਂ ਹੀ ਕਹਿ ਰਿਹਾ ਵੀ 700 ਆ ਜਾਂ 1000 ਇਹ ਹਜ਼ਾਰਾਂ ਚ ਵੀ ਹੋ ਸਕਦੇ ਆ ਜਾਂ ਉਸ ਤੋਂ ਘੱਟ ਵੀ ਹੋ ਸਕਦੇਗੇ ਇਹ ਪੂਰਾ ਕੋਈ ਕਨਫਰਮ ਨੰਬਰ ਨਹੀਂ ਹੈਗਾ ਤੇ ਜਿਹੜਾ ਜਿਹੜੇ ਤੁਸੀਂ ਹੋ ਜਿਵੇਂ ਜਿਹੜੇ ਜਿਹੜੇ ਤੁਸੀਂ ਕੰਟੈਕਟ ਚੋਂ ਤੁਸੀਂ ਕਿਹੜੇ ਏਜੰਟ ਦੇ ਥਰੂ ਆਏ ਹੋ ਅਸੀਂ ਜਲੰਧਰ ਤੋਂ ਵਰजेश ਮਿਸ਼ਰਾ ਉਹ ਜਿੰਨੇ ਵੀ ਅਸੀਂ ਸਾਰੇ ਕੰਟੈਕਟ ਚ ਹੈਗੇ ਆ ਅਸੀਂ ਉਸਦੇ ਥਰੂ ਹੀ ਆਏ ਹਾਂ ਤੇ ਜਿਹੜੇ ਵਰਜੇਸ਼ ਮਿਸ਼ਰਾ ਦੇ ਥਰੂ ਆਏ ਹੋਏ ਨੇ ਉਹਨਾਂ ਦਾ ਵੀ ਕੋਈ ਐਗਜ਼ੈਕਟ ਟੋਟਲ ਨੰਬਰ ਹੈਗਾ ਅਵੇਲੇਬਲ ਨਹੀਂ ਉਹਨਾਂ ਦਾ ਕੋਈ ਨਹੀਂ ਹੈਗਾ ਪਰ ਸਾਨੂੰ ਇੰਨਾ ਪਤਾ ਵੀ ਅਸੀਂ 65 ਯਾ 70 ਆ ਬਟ ਕਿੰਨਾ ਹੈਗਾ ਐਗਜ਼ੈਕਟ ਨਹੀਂ ਪਤਾ ਤੇ ਕੀ ਫਿਰ ਜਿਵੇਂ ਦੱਸਿਆ ਜਾ ਰਿਹਾ ਕਿ ਅਸਲ ਦੇ ਵਿੱਚ ਕੱਲਾ ਇਹ ਨਹੀਂ ਹੈ ਕਿ ਜਿਹੜੇ ਫੇਕ ਲੈਟਰ ਵਾਲਾ ਮਾਮਲਾ ਸਿਰਫ ਵਰਜੇਸ਼ ਮਿਸ਼ਰਾ ਦੇ ਥਰੂ ਜਿਹੜੇ ਆਏ ਨੇ ਉਹਨਾਂ ਦਾ ਵੀ ਹੋਰ ਵੀ ਹੈਗੇ ਨੇ ਏਜੰਟ ਹਾਂਜੀ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਹੈਗਾ ਆ ਇੱਕ ਚੰਡੀਗੜ੍ਹ ਤੋਂ ਇੱਕ ਕੰਪਨੀ ਹੈਗੀ ਆ ਮਤਲਬ ਜਿਹੜੀ ਇਮੀਗ੍ਰੇਸ਼ਨ ਕੰਸਲਟੈਂਟ ਆ ਇੱਕ ਯੂਪੀ ਤੋਂ ਸੀਗੀ ਇੱਕ ਹਿਮਾਚਲ ਤੋਂ ਸੀਗੀ ਪਰ ਐਗਜ਼ੈਕਟ ਪਤਾ ਨਹੀਂ ਹੈਗਾ ਵੀ ਕਿੰਨੀਆਂ ਕੁ ਹੋਰ ਨੇ ਹੈਗੀਆਂ ਆ ਜਾਂ ਕੱਲਾ ਵਰਜੇਸ਼ ਆ ਇਹਨਾਂ ਦੇ ਪਿੱਛੇ ਕੁਝ ਨਹੀਂ ਪਤਾ ਹੈਗਾ ਪਰ ਜਿਹੜੇ ਅਸੀਂ ਕੰਟੈਕਟ ਆ ਉਹ ਸਾਰੇ ਅਸੀਂ ਵਰਜੇਸ਼ ਮਿਸ਼ਰਾ ਦੇ ਹੀ ਆ ਓਕੇ ਸੋ ਤੁਸੀਂ ਹੈਗਿਓ ਕੋਈ ਕੋਈ ਟੋਟਲ ਜਿਵੇਂ ਜਿੰਨੀ ਮੇਰੀ ਜਾਣਕਾਰੀ ਹੈ ਅਲੱਗ-ਅਲੱਗ ਲਾਇਰਜ਼ ਨਾਲ ਜਿਹੜੇ ਕੰਟੈਕਟ ਚ ਨੇ ਸੋ ਟੋਟਲ ਮੇਰੇ ਕੋਲ ਤੇ ਨੰਬਰ ਉਸ 100 150 ਵੀ ਪੂਰਾ ਨਹੀਂ ਹੋਇਆ ਹਾਂਜੀ ਪਰ ਉਹ ਕਿਉਂਕਿ ਐਦਾਂ ਨਾ ਕਈ ਸਟੂਡੈਂਟਸ ਡਰ ਰਹੇ ਆ ਅੱਗੇ ਆਉਣ ਤੋਂ ਵੀ ਉਹਨਾਂ ਨੂੰ ਐਦਾਂ ਵਿੱਚ ਅਸੀਂ ਅੱਗੇ ਆਵਾਂਗੇ ਤਾਂ ਸਾਨੂੰ ਸੱਚੀ ਵੀ ਰਿਪੋਰਟ ਨਾ ਕਰ ਦੇਣੀ ਜਾਂ ਸਾਡੇ ਤੇ ਕੋਈ ਲੀਗਲ ਐਕਸ਼ਨ ਨਾ ਹੋਵੇ ਤਾਂ ਕਰਕੇ ਅੱਗੇ ਨਹੀਂ ਆ ਰਹੇ ਹੈਗੇ ਕੋਈ ਵੀ ਸੋ ਇਸ ਕਰਕੇ ਇਹ ਜਿਹੜੀਆਂ ਕਹਿਣਾ ਕੋਈ ਕੋਈ ਦਾਵਾ ਕਰਨਾ ਕਿਉਂਕਿ ਆਫੀਸ਼ੀਅਲ ਨੰਬਰ ਕੋਈ ਨਹੀਂ ਅਸੀਂ CBSE ਨਾਲ ਗੱਲ ਕੀਤੀ ਅਸੀਂ ਮਿਨਿਸਟਰ ਨਾਲ ਗੱਲ ਕੀਤੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨਾਲ ਕੋਈ ਵੀ ਐਗਜ਼ੈਕਟ ਨੰਬਰ ਕਿੰਨੇ ਨੇ ਇਹਨੂੰ ਕਨਫਰਮ ਕਰਨ ਲਈ ਤਿਆਰ ਨਹੀਂ ਹੈ ਸੋ ਇਸ ਕਰਕੇ ਜੇ ਕੋਈ ਇਹ ਦਾਵਾ ਕਰ ਰਿਹਾ ਕਿ ਜੀ 500 ਹੈ ਜਾਂ 600 ਹੈ ਜਾਂ 700 ਹੈ ਜਾਂ 1000 ਹੈ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਇਹ ਪਤਾ ਨਹੀਂ ਹਵਾ ਤੋਂ ਜਸਟ ਜਸਟ ਉਦਾਂ ਹੀ ਕਰ ਰਹੇ ਹੈਗੇ ਵੀ ਹਾਂ ਐਨੇ ਸਟੂਡੈਂਟਸ ਹੈ ਜਾਂ ਇਦਾਂ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿਸੇ ਨੂੰ ਹੀ ਐਗਜ਼ੈਕਟ ਪਤਾ ਨਹੀਂ ਹੈਗਾ ਵੀ ਕਿੰਨੇ ਸਟੂਡੈਂਟਸ ਹਨ ਤੇ ਫਿਰ ਹੁਣ ਜਿਹੜੀ ਹੈ ਅਸਲ ਸਾਰੀ ਕਹਾਣੀ ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਕਿ ਹੋਇਆ ਕੀ ਹੈ ਥੋੜਾ ਜਿਹਾ ਉਹ ਹੁਣ ਤੁਹਾਨੂੰ ਐਕਸਪਲੇਨ ਕਰੋ ਕਿ ਹੋਇਆ ਕੀ ਸੀ ਕਿਵੇਂ ਹੋਇਆ ਓਕੇ ਅਸੀਂ ਜਿਹੜੇ ਸਟੂਡੈਂਟਸ ਹੈਗੇ ਆ ਅਸੀਂ 2018 ਜਾਂ 19 ਚ ਆਏ ਹੋਏ ਕਈ 18 ਚ ਆਏਗੇ ਕਈ 19 ਚ ਆਏਗੇ ਠੀਕ ਆ ਅਸੀਂ ਉੱਥੋਂ ਆਏ ਹਾਂਗੇ ਮਤਲਬ ਇਹ ਵਰजेश ਮਿਸ਼ਰਾ ਦੇ ਥਰੂ ਉਸ ਤੋਂ ਬਾਅਦ ਉਹ ਸਾਨੂੰ ਇੱਥੇ ਆ ਕੇ ਕਾਲ ਕਰਦਾ ਆ ਵੀ ਤੁਸੀਂ ਕਾਲਜ ਨਾ ਜਾਇਓ ओके ਜਦੋਂ ਤੁਸੀਂ ਉੱਥੋਂ ਉਹਦੇ ਥਰੂ ਕੇਸ ਆਪਣਾ ਪ੍ਰੋਸੈਸ ਕੀਤਾ ਤੁਹਾਨੂੰ ਵੀਜ਼ਾ ਆ ਗਿਆ ਵੀਜ਼ਾ ਮਿਲ ਗਿਆ ਸਾਨੂੰ ਤੁਹਾਨੂੰ ਅੱਗੇ ਜਦੋਂ ਤੁਸੀਂ 에어ਪੋਰਟ ਤੇ ਆਏ ਤੁਹਾਨੂੰ ਸਟੱਡੀ ਪਰਮਿਟ ਮਿਲ ਗਿਆ ਸਭ ਕੁਝ ਮਿਲ ਗਿਆ ਸਾਨੂੰ ਸਟੱਡੀ ਪਰਮਿਟ ਰਾਈਟ ਨਾਓ ਅਸੀਂ ਕਈ ਹੈਗੇ ਜਿਹੜੇ ਜਿਨ੍ਹਾਂ ਨੇ ਪੀਆਰਸ ਅਪਲਾਈ ਕੀਤੀਆਂ ਹੋਈਆਂ ਨੇ ਓਕੇ ਆਪਾਂ ਪਿੱਛੇ ਪਿੱਛੇ ਚੱਲਦੇ ਹਾਂ ਜਦੋਂ ਹੁਣ ਤੁਸੀਂ ਲੈਂਡ ਕਰ ਗਏ ਇੱਥੇ ਤੁਸੀਂ ਸਟੱਡੀ ਪਰਮਿਟ ਤੁਹਾਨੂੰ ਮਿਲ ਗਿਆ 에어ਪੋਰਟ ਤੇ ਤੁਸੀਂ ਲੈਂਡ ਕਰ ਗਏ ਉਸ ਤੋਂ ਬਾਅਦ ਕੀ ਹੋਇਆ ਓਕੇ ਉਹ ਸਾਨੂੰ ਕਾਲ ਕਰਦਾ ਹਿਆ 2-3 ਦਿਨ ਬਾਅਦ ਵੀ ਤੁਸੀਂ ਕਾਲਜ ਨਾ ਜਾਇਓ ਜਦੋਂ ਸਾਨੂੰ ਕਾਲ ਕਰਦਾ ਅਸੀਂ ਇੱਥੇ ਨਵੇਂ ਸੀ ਸਾਨੂੰ ਨਹੀਂ ਸੀ ਪਤਾ ਉਹ ਸਾਨੂੰ ਇੱਕ ਐਕਸਕਿਊਜ਼ ਦਿੰਦਾ ਆ ਕਹਿੰਦਾ ਵੀ ਉਹ ਜਿਹੜੇ ਕਾਲਜ ਥੋੜੀ ਐਡਮਿਸ਼ਨ ਹੋਈ ਸੀ ਉੱਥੇ ਮੈਂ ਸੀਟਸ ਹੋਲਡ ਨਹੀਂ ਕਰ ਪਾਇਆ ਵੀ ਤੁਸੀਂ ਜਾਂ ਤਾਂ ਕੋਈ ਪ੍ਰਾਈਵੇਟ ਕਾਲਜ ਲੈ ਲਓ ਉੱਥੇ ਜਾਂ ਮੈਂ ਤੁਹਾਨੂੰ ਕਿਸੇ ਗਵਰਨਮੈਂਟ ਕਾਲਜ ਐਡਮਿਸ਼ਨ ਉਹ ਕਰਵਾ ਦੂੰਗਾ ਓਕੇ ਅਸੀਂ ਉਹਦੀ ਵੇਟ ਕੀਤੀ 15 ਦਿਨ 20 ਦਿਨ ਵੀ ਹਾਂ ਠੀਕ ਆ ਸਾਡੀ ਕਰਵਾਉ ਸਾਰਿਆਂ ਦੀ ਸੇਮ ਸਟੋਰੀ ਆ ਐਦਾਂ ਹੀ ਸਟੋਰੀ ਆ ਹਨਾ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਆਪ ਦਾ ਮਤਲਬ ਇੱਥੇ ਕੋਈ ਕੰਸਲਟੈਂਟ ਲੱਭਿਆ ਅਸੀਂ ਮਤਲਬ ਐਡਮਿਸ਼ਨਸ ਲਈਆਂ ਇੱਥੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਜਦ ਅਸੀਂ ਐਡਮਿਸ਼ਨਸ ਲਈਆਂ ਆ ਕੁਝ ਵੀ ਸਾਨੂੰ ਕਿੱਦਾਂ ਪਤਾ ਲੱਗਦਾ ਹਨ ਅਸੀਂ ਐਡਮਿਸ਼ਨ ਲਈਆਂ ਕਾਲਜ ਉਹਨਾਂ ਨੇ ਸਿਰਫ ਸਾਡੇ ਤੋਂ ਸਟੱਡੀ ਪਰਮਿਟ ਮਿਲ ਜਿਵੇਂ ਵੈਸੇ ਪਹਿਲਾਂ ਜਿਹੜੇ ਕਾਲਜ ਸੀਗੇ ਉਹ ਕੋਈ ਇੱਕ ਜਾਂ ਦੋ ਪਾਰਟਿਕੂਲਰ ਕਾਲਜ ਨੇ ਜਾਂ ਅਲੱਗ-ਅਲੱਗ ਕਾਲਜਾਂ ਦੇ ਫੀਕ ਲੈਟਰ ਨੇ ਉਹ ਨਹੀਂ ਅਲੱਗ-ਅਲੱਗ ਆ ਹਰ ਇੱਕ ਦੀ ਅਲੱਗ-ਅਲੱਗ ਆ ਜਿਵੇਂ ਮਿਸਾਲ ਦੇ ਤੌਰ ਤੇ ਜਿਵੇਂ ਕੀ ਹੰਬਰ ਹਾਂ ਸੈਨਿਕਾ ਅ ਅਲਗੋਮਾ ਯੂਨੀਵਰਸਿਟੀ ਜਾਂ ਬਾਕੀ ਫੈਂਸ਼ਰ ਕਾਲਜ ਲੰਡਨ ਬਹੁਤ ਜ਼ਿਆਦਾ ਇਦਾਂ ਸਟੂਡੈਂਟਸ ਆ ਵੀ ਜਿਹੜੇ ਅਲੱਗ-ਅਲੱਗ ਕਾਲਜਸ ਤੋਂ ਹੈਗੇ ਨੇ ਕੋਈ ਇਦਾਂ ਨਹੀਂ ਹੈਗਾ ਵੀ ਕੋਈ ਹੰਬਰ ਤੋਂ ਹੀ ਆ ਸਾਰੇ ਜਾਂ ਸਾਰੇ ਸੈਨਿਕਾ ਤੋਂ ਆ ਜਾਂ ਸਾਰੇ ਸੋ ਸਾਰੇ ਜਿਹੜੇ ਜਿਹੜੇ ਕਾਲਜਾਂ ਦੇ ਨਾਮ ਨੇ ਰਿਪਿਊਟਡ ਕਾਲਜ ਜਿਨ੍ਹਾਂ ਨੂੰ ਮੰਨਿਆ ਜਾਂਦਾ ਉਹਨਾਂ ਕਾਲਜਾਂ ਦੀਆਂ ਲੈਟਰਸ ਨੇ ਜਿਨ੍ਹਾਂ ਦੇ ਥਰੂ ਤੇ ਸਟੂਡੈਂਟ ਆਏ ਓਕੇ ਤੇ ਸਾਰਿਆਂ ਦੀ ਇਹ ਸੇਮ ਸਟੋਰੀ ਆ ਕਿ ਉਹਨਾਂ ਨੂੰ ਦੋ ਤਿੰਨ ਦਿਨਾਂ ਬਾਅਦ ਉਹਦਾ ਫੋਨ ਆਉਂਦਾ ਹਾਂਜੀ ਆਲਮੋਸਟ ਸੇਮ ਸਟੋਰੀ ਆ ਸਾਰਿਆਂ ਨੂੰ ਦੋ ਤਿੰਨ ਦਿਨ ਬਾਅਦ ਉਹ ਕਾਲ ਕਰਦਾ ਵੀ ਮੈਂ ਤੁਹਾਡੀ ਸੀਕ ਨਹੀਂ ਤੇ ਫਿਰ ਸਾਨੂੰ ਇੱਥੇ ਅਸੀਂ ਰਹਿਣਾ ਸੀਗਾ ਜਿੱਦਾਂ ਅਸੀਂ ਫਿਰ ਸਟੱਡੀ ਪਰਮਿਟ ਸੀਗੇ ਸਾਡੇ ਕੋਲੇ ਅਸੀਂ ਹੋਰ ਕਾਲਜਾਂ 'ਚ ਐਡਮਿਸ਼ਨ ਲਾਈਆਂ ਠੀਕ ਆ ਉਸ ਤੋਂ ਬਾਅਦ ਸਾਡੇ ਅਸੀਂ ਗ੍ਰੈਜੂਏਟ ਹੋ ਗਏ ਵਰਕ ਪਰਮਿਟ ਅਪਲਾਈ ਕੀਤੀ ਕਈ ਅਪਲਾਈਡ ਸਟੇਟਸ ਤੇ ਹੈ ਰਾਈਟ ਨਾ ਹਣਾ ਕਈ ਹੁਣ ਕਈਆਂ ਨੂੰ ਵਰਕ ਪਰਮਿਟ ਮਿਲ ਗਏ 3 ਸਾਲ ਦੇ ਤੇ ਕਈਆਂ ਨੇ ਪੀਆਰ ਅਪਲਾਈ ਕੀਤੀ ਹੋਈ ਸੀ ਜਦੋਂ ਬੈਕਗ੍ਰਾਉਂਡ ਚੈੱਕ ਕੀਤਾ ਤੇ ਉਦੋਂ ਉਹਨਾਂ ਨੂੰ ਲੈਟਰਸ ਮਿਲੀਆਂ ਜਦੋਂ ਲੈਟਰਸ ਮਿਲੀਆਂ ਉਦੋਂ ਸਾਨੂੰ ਪਤਾ ਲੱਗ ਗਿਆ ਲੈਟਰ ਤੁਹਾਨੂੰ ਮਿਲਦੀ ਹੈ ਉਦੋਂ ਜਦੋਂ ਤੁਹਾਡਾ ਜਿਹੜਾ ਕੇਸ ਹੈ ਕਿ ਜਾਂ ਤਾਂ ਤੁਹਾਡਾ ਵਰਕ ਪਰਮਿਟ ਅਪਲਾਈਡ ਤੇ ਸੀ ਜਾਂਦਾ ਤੇ ਜਾਂ ਫਿਰ ਪੀਆਰ ਤੁਸੀਂ ਅਪਲਾਈ ਕੀਤੀ ਸੀ ਹਾਂਜੀ ਉਦੋਂ ਫਿਰ ਤੁਹਾਨੂੰ ਲੈਟਰ ਕਿੱਥੇ ਆ ਰਹੀ ਹੈ ਉਦੋਂ ਸਾਨੂੰ ਆ ਰਹੀ ਹੈ ਬਾਰਡਰ ਵੱਲੋਂ ਸੀਬੀਐਸਏ ਵੱਲੋਂ ਸੀਬੀਐਸਏ ਵੱਲ ਉਸ ਲੈਟਰ ਦੇ ਵਿੱਚ ਕੀ ਕਿਹਾ ਜਾਂਦਾ ਤੁਹਾਨੂੰ ਉਸ ਚ ਕਹਿੰਦੇ ਵੀ ਜਿਹੜੀ ਤੁਸੀਂ ਆਫਰ ਲੈਟਰ ਸਾਨੂੰ ਦਿਖਾ ਕੇ ਆਏ ਸੀਗੇ ਹਮਮ ਜਾਂ ਉਸ ਫੇਕਾ ਤੇ ਤੁਸੀਂ ਆ ਤੁਹਾਡੀ ਆ ਟਾਈਮ ਤੇ ਇੱਥੇ ਤੁਸੀਂ ਤੁਹਾਡੀ ਮਤਲਬ ਇੰਟਰਵਿਊ ਆ ਤੁਹਾਨੂੰ ਆਉਣਾ ਪੈਣਾ ਜੇ ਤੁਸੀਂ ਨਹੀਂ ਆਏ ਤਾਂ ਤੁਹਾਡੇ ਮਤਲਬ ਅਰੈਸਟ ਹੋਣੇ ਹੋ ਜਾਣਗੇ ਜ਼ਾਰੀ ਅੱਛਾ ਤੇ ਫਿਰ ਤੁਸੀਂ ਉੱਥੇ ਗਏ ਹਾਂਜੀ Okay, जदन, आ, आ, ओके ਉਸ ਤੋਂ ਬਾਅਦ ਫਿਰ ਕੀ ਹੋਇਆ ਉੱਥੇ ਆਫੀਸਰ ਸੀਗਾ ਮਤਲਬ ਜਿੱਦਾਂ ਕਿ ਕਈਆਂ ਦੀ ਹਮਿਲਟਨ ਹੋਈ ਆ ਕਈਆਂ ਦੀ ਕਿਚਨਰ ਹੋਈ ਹੈ ਮਤਲਬ ਇੰਟਰਵਿਊ ਤੇ ਉਹਨਾਂ ਨੇ ਸਿਰਫ ਸਾਡੇ ਤੋਂ 2-4 ਕੁਐਸਚਨਸ ਹੀ ਪੁੱਛੇ ਸਾਰੇ ਤਾਂ ਉਹ ਜਿੱਦਾਂ ਕਿ ਉਹਨਾਂ ਦਾ ਕੁਐਸਚਨ ਸੀਗਾ ਵੀ ਤੁਸੀਂ ਓਕੇ ਆਫਰ ਲੈਟਰ ਦਿਖਾ ਕੇ ਆਏ ਤੁਸੀਂ ਮਤਲਬ 에ਰਪੋਰਟ ਤੇ ਹਾਂਜੀ ਅਸੀਂ ਦਿਖਾ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਓਕੇ ਤੁਸੀਂ ਤੁਹਾਨੂੰ ਪਤਾ ਸੀ ਵੀ ਤੁਹਾਡੇ ਫੇਕ ਡਾਕੂਮੈਂਟਸ ਥੋੜੀ ਫੇਕ ਆਫਰ ਲੈਟਰ ਅਸੀਂ ਕਿਹਾ ਨਹੀਂ ਵੀ ਸਾਨੂੰ ਕਿਸੇ ਨੂੰ ਵੀ ਨਹੀਂ ਸੀ ਪਤਾ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਸਾਨੂੰ ਆ ਮਤਲਬ ਲੈਟਰ ਆਈਆ ਉਹ ਕਹਿੰਦੇ ਓਕੇ ਠੀਕ ਆ ਉਸ ਤੋਂ ਬਾਅਦ ਉਹ ਕਹਿੰਦੇ ਤੁਸੀਂ ਕਾਲਜ ਨਾਲ ਕੰਟੈਕਟ ਕੀਤਾ ਸੀ ਨਹੀਂ ਕੀਤਾ ਸੀ ਕਿਉਂਕਿ ਅਸੀਂ ਨਵੇਂ ਸੀ ਸਾਨੂੰ ਨਹੀਂ ਸੀ ਪਤਾ ਇੱਥੇ ਕੁਝ ਵੀ ਕਿਦਾਂ ਕਰਨਾ ਆ ਕੁਝ ਵੀ ਜਮਾ ਨਵੇਂ ਸੀਗੇ ਹਨਾ ਤੇ ਕਹਿੰਦੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਆ ਜਦੋਂ ਤੁਸੀਂ ਉੱਥੋਂ ਆਏ ਆ ਤੁਸੀਂ ਕਿਉਂ ਨਹੀਂ ਕਨਫਰਮ ਕੀਤਾ ਕਾਲਜ ਨਾਲ ਉਦੋਂ ਸਾਨੂੰ ਇੰਨੇ ਸੋਰਸਸ ਨਹੀਂ ਹੁੰਦੇ ਇੰਡੀਆ ਵਿੱਚ ਜੇ ਆਪਾਂ ਵੀ ਚੈੱਕ ਕਰ ਸਕੀਏ ਅੱਛਾ ਤੁਹਾਡੇ ਸਾਰੇ ਗਰੁੱਪ ਚੋਂ ਜਿਹੜੇ ਤੁਸੀਂ ਕੰਟੈਕਟ ਚੋਂ ਇੱਕ ਦੂਜੇ ਦੇ ਤੁਹਾਡੇ ਚੋਂ ਕੋਈ ਵੀ ਨਹੀਂ ਜਿਹੜਾ ਹੈ ਉਹ ਜਿਹੜਾ ਕਾਲਜ ਗਿਆ ਹੋਵੇ ਜਿਸ ਕਾਲਜ ਦੀ ਤੁਹਾਨੂੰ ਲੈਟਰ ਦਿੱਤੀ ਗਈ ਸੀ ਨਹੀਂ अच्छा उस तो पहला पहले सारे नु रोकता ना हां जी अच्छा ओ कोई भी नहीं जा हैगा ਤੇ ਹੁਣ ਫਿਰ ਜਿਹੜਾ ਤੁਹਾਡਾ ਤੁਹਾਨੂੰ CBSA ਵੱਲੋਂ ਲੈਟਰ ਆ ਗਈ ਤੁਹਾਡੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੁਣ ਤੁਹਾਡੇ ਅਲੱਗ-ਅਲੱਗ ਦੇ ਜਿਹੜੇ ਕੇਸ ਨੇ ਕਿ ਸਟੇਜ ਤੇ ਨੇ ਕਈਆਂ ਨੂੰ ਰਿਮੂਵਲ ਆਰਡਰਸ ਮਿਲ ਚੁੱਕੇ ਆ ਹਮਮ ਕਈ ਮਤਲਬ ਕਈਆਂ ਦੀ ਹਜੇ ਹੀਅਰਿੰਗਸ ਹੋ ਰਹੀਆਂ ਆ ਤੇ ਕਈਆਂ ਦੀ ਰਿਜ਼ਲਟਸ ਆਉਣੇ ਬਾਕੀ ਆ ਹਲੋ ਸਾਰਿਆਂ ਦੇ ਡਿਫਰੈਂਟ ਸੋ ਇਸ ਕਰਕੇ ਇਹ ਕਹਿਣਾ ਕਿ ਸਾਰਿਆਂ ਨੂੰ ਰਿਮੂਵਲ ਆਰਡਰ ਹੋ ਗਿਆ ਜਿਵੇਂ ਐਕਸਟਰਾ ਜਿਵੇਂ ਕਹਿੰਦੇ ਨੇ ਕਿ ਡਿਪੋਰਟ ਕਰ ਦਿੱਤਾ ਗਿਆ ਸੋ ਡੈਪੂਟੇਸ਼ਨ ਵਾਲੀ ਤਾਂ ਸਿਚੁਏਸ਼ਨ ਹਲੇ ਬਹੁਤ ਥੋੜੀਆਂ ਦੀ ਹੈ ਬਹੁਤ ਥੋੜੀਆਂ ਦੀ ਸੋ ਇਸ ਕਰਕੇ ਇਹ ਖਬਰਾਂ ਲਾਉਣੀਆਂ ਇਹ ਕਹਿਣਾ ਕਿ ਇੰਨੇ ਸੌ ਰਿਪੋਰਟ ਕੀਤੇ ਜਾ ਰਹੇ ਨੇ ਇਹ ਇਹ ਤੇ ਥੋੜਾ ਜਿਹਾ ਮਤਲਬ ਇਨਕਰੈਕਟ ਇਨਫੋਰਮੇਸ਼ਨ ਹੈ ਹਾਂ ਜੀ ਕਈਆਂ ਨੇ ਮਤਲਬ ਫੈਡਰਲ 'ਚ ਅਪੀਲ ਕੀਤੀ ਆ ਕਈਆਂ ਦੀ ਅਪੀਲ ਵੀ ਰਿਜੈਕਟ ਹੋ ਚੁੱਕੀ ਹੈਗੀ ਮਤਲਬ ਕਈ ਸਟੂਡੈਂਟਸ ਐਦਾਂ ਆ ਜਿਹੜੇ ਅੱਗੇ ਨਹੀਂ ਆ ਰਹੇ ਹੈਗੇ ਕਈ ਐਦਾਂ ਦੇ ਹੈਗੇ ਵੀ ਉਹਨਾਂ ਨੇ ਫੈਡਰਲ 'ਚ ਅਪੀਲ ਕੀਤੀ ਪਰ ਉਹਨਾਂ ਦੀ ਅਪੀਲ ਆ ਜਿਹੜੀ ਉਹ ਰਿਜੈਕਟ ਹੋ ਗਈ ਫੈਡਰਲ 'ਚ ਵੀ ਰਿਜੈਕਟ ਹੋ ਗਈ ਤੇ ਫੈਡਰਲ 'ਚ ਜਿੰਨੇ ਜਿੰਨਾ ਕੁ ਮੈਨੂੰ ਪਤਾ ਲੱਗਿਆ ਹਲੇ ਬਹੁਤ ਥੋੜਾ ਨੰਬਰ ਹੈ ਜਿਨ੍ਹਾਂ ਦੀ ਫੈਡਰਲ ਜਿਹੜੀ ਅਪੀਲ ਹੈ ਉਹ ਵੀ ਰਿਵਿਊ ਆ ਜਿਹੜਾ ਉਹ ਤੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਹੁਣ ਫਿਰ ਤੁਸੀਂ ਜਦੋਂ ਇਹ ਸਾਰਾ ਮਾਮਲਾ ਤੁਹਾਡੇ ਸਾਹਮਣੇ ਆਇਆ ਤੁਸੀਂ ਜਾਂ ਤੁਹਾਡੇ ਫੈਮਿਲੀ ਨੇ ਫਿਰ ਬਰਜੇਸ਼ ਮਿਸ਼ਰਾ ਨਾਲ ਦੁਬਾਰਾ ਕੰਟੈਕਟ ਨਹੀਂ ਕੀਤਾ ਉਹ ਉੱਥੇ ਮਿਲਦਾ ਹੀ ਨਹੀਂ ਹੈਗਾ ਅੱਛਾ ਹਾਂਜੀ ਕਈਆਂ ਨੇ ਮਤਲਬ ਐਫ ਆਈ ਆਰ ਕਰਵਾਈ ਆ ਹਨਾ ਰਿਪੋਰਟਸ ਲਿਖਵਾਈਆਂ ਆ ਪਹਿਲੀ ਵਾਰ ਤਾਂ ਪੁਲਿਸ ਉੱਥੇ ਸੁਣਦੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਹਨਾ ਤੇ ਜਿਨ੍ਹਾਂ ਨੇ ਐਫ ਆਈ ਆਰ ਕਰਵਾਈ ਹੈਗੀ ਆ ਉਹ ਪੈਸੇ ਦੇ ਕੇ ਬਾਹਰ ਨਿਕਲ ਜਾਂਦਾ ਰਾਈਟ ਨਾਉ ਉਹ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਉਹਦਾ ਜਿਹੜਾ ਆਫਿਸ ਆ ਉਹ ਲੌਕ ਆ ਹੂੰ ਹੂੰ ਪਤਾ ਨਹੀਂ ਉਹ ਕਿੱਥੇ ਫਿਰ ਇੱਥੇ ਹੁਣ ਇੱਕ ਹੋਰ ਵੀ ਹੈ ਉਹ ਕਿਉਂਕਿ ਤੁਸੀਂ ਤੁਹਾਡੀ ਫੀਸ ਦਾ ਕੀ ਬਣਿਆ ਸੀ ਕਿਉਂਕਿ ਤੁਸੀਂ ਫੀਸ ਜਿਹੜੀ ਦਿੱਤੀ ਸੀ ਕਾਲਜ ਦੀ ਉਹ ਕਿਵੇਂ ਕਿਵੇਂ ਜਮ੍ਹਾਂ ਕਰਵਾਈ ਸੀ ਉਹਨੇ ਮਤਲਬ ਸਾਡੇ ਤੋਂ ਪੈਕੇਜ ਉਹ ਕੀਤਾ ਸੀਗਾ ਤੁਸੀਂ ਸਾਰੇ ਪੈਕੇਜ ਵਾਲਿਆਂ ਸਾਰੇ ਸਾਰੇ ਪੈਕੇਜ ਵਾਲੇ ਅਸੀਂ ਓਕੇ ਪੈਕੇਜ ਮਤਲਬ ਕੀ ਸੀ ਕੀ ਪੈਕੇਜ ਤੇ ਕਿੰਨੇ ਕਿੰਨੇ ਪੈਸੇ ਉਹਨਾਂ ਨੇ ਲਏ ਇਸ ਦੇ ਉਹਨੇ 16 ਲੱਖ ਰੁਪਏ 16 ਤੋਂ 20 ਲੱਖ ਦੇ ਵਿੱਚ ਗੱਲ ਕੀਤੀ ਸੀਗੀ ਉਹ ਕਹਿੰਦਾ ਸੀ ਵੀ ਵੀਜ਼ਾ ਆ ਜਾਊਗਾ ਤੇ ਫੇਰ ਮਤਲਬ ਤੇ 16 ਜਾਂ 20 ਲੱਖ ਜੋ ਅਲੱਗ-ਅਲੱਗ ਹੋਏਗਾ ਉਹਦੇ ਚ ਉਹਦੇ ਚ ਕੀ ਉਹ ਕੀ ਦੇ ਰਿਆ ਸੀ ਉਹ ਉਸ ਚ ਉਹਨੇ ਸਾਡੀ ਜੀਆਈਸੀ ਫੀਸ ਸਾਰਾ ਕੁਝ ਉਹਨੇ ਉਹ ਕੀਤਾ ਸੀਗਾ अच्छा हां जी ਤੇ ਜਦੋਂ ਫਿਰ ਤੁਹਾਡੀ ਐਡਮਿਸ਼ਨ ਉੱਥੇ ਨਹੀਂ ਹੋਈ ਦੈਨ ਫਿਰ ਕੀ ਹੋਇਆ ਉਦੋਂ ਜਦੋਂ ਮਤਲਬ ਕਈਆਂ ਦੇ ਉਹਨੇ ਪੈਸੇ ਵਾਪਸ ਕਰਤੇ ਆ ਤੇ ਕਈਆਂ ਨੇ ਪੈਸੇ ਨਹੀਂ ਵਾਪਸ ਕੀਤੇ ਜਿੱਦਾਂ ਕਾਫੀ ਸਟੂਡੈਂਟਸ ਹੈਗੇ ਜਿਨ੍ਹਾਂ ਦੇ ਹਜੇ ਵੀ ਪੈਰੈਂਟਸ ਉੱਥੇ ਜਾ ਰਹੇ ਆ ਜਾਂ ਉਹਨੇ ਪੈਸੇ ਨਹੀਂ ਵਾਪਸ ਕੀਤੇ ਕਿਉਂਕਿ ਉੱਥੇ ਮਿਲਦਾ ਹੀ ਨਹੀਂ ਹੈਗਾ اچھا ਕਈਆਂ ਦੇ ਵਾਪਸ ਸੋ ਇਸ ਤਰ੍ਹਾਂ ਦੇ ਵੀ ਹੈ ਕਿ ਕਈਆਂ ਦੇ ਪੂਰੇ ਦੇ ਪੂਰੇ ਪੈਸੇ ਜਿਵੇਂ 16 ਲੱਖ ਲਿਆ ਜਾਂ 20 ਲੱਖ ਲਿਆ ਉਹ 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 ਲਵਾ ਕੇ ਬੈਠਾ ਹਾਂਜੀ ਤੇ ਵਿੱਚੋਂ ਕੁਝ ਇਹੋ ਜਿਹੇ ਨੇ ਜਿਨ੍ਹਾਂ ਨੂੰ ਨੇ ਉਹ ਪੈਸੇ ਮੋੜ ਦਿੱਤੇ ਹਾਂਜੀ ਬਲ ਪੂਰੇ ਪੈਸੇ ਮੋੜ ਦਿੱਤੇ ਜਾਂ ਨਹੀਂ ਮਤਲਬ ਥੋੜਾ ਜਿਹਾ ਨੇ ਅਮਾਉਂਟ ਰੱਖਿਆ ਤੇ ਬਾਕੀ ਉਹਨੇ ਵਾਪਸ ਕਰਤੇ ਸੀਗੇ ਅੱਛਾ ਹਾਂਜੀ ਤੇ ਹੁਣ ਇਹ ਜਿਹੜੀ ਸਿਚੁਏਸ਼ਨ ਹੈ ਹੁਣ ਮਤਲਬ ਇਹ ਤੁਸੀਂ ਇਹ ਮੰਨ ਲਓ ਵੀ ਕੁਝ ਨੂੰ ਰਿਮੂਵਲ ਆਰਡਰ ਹੋ ਗਿਆ ਥੋੜੇ ਨੇ ਭਾਵੇਂ ਹਾਲੇ ਉਹ ਮਤਲਬ ਫਿਊ ਡਜ਼ਨ ਹੋਣਗੇ ਮੇਰੇ ਖਿਆਲ ਹੈ ਬਾਕੀ ਹਾਲੇ ਪ੍ਰੋਸੈਸ ਚ ਨੇ ਉਹਨਾਂ ਦੇ ਵੀ ਸਿਰ ਤੇ ਤਲਵਾਰ ਲਟਕੀ ਆ ਹਾਂਜੀ ਤੇ ਤੁਹਾਨੂੰ ਇੱਥੇ ਆਇਆਂ ਨੂੰ ਤਕਰੀਬਨ ਸਾਰਿਆਂ ਨੂੰ ਹੀ 3 3 4 4 5 5 ਸਾਲ ਹੋ ਗਏ ਹਾਂਜੀ ਤੇ 5 ਸਾਲਾਂ ਦੇ ਵਿੱਚ ਬੰਦਾ ਬਹੁਤ ਕੁਝ ਇੱਥੇ ਆਪਣਾ ਆਪਣੇ ਆਪ ਨੂੰ ਸਟੈਬਲਿਸ਼ ਕਰ ਲੈਂਦਾ ਮੈਨੂੰ ਕਈਆਂ ਨੇ ਦੱਸਿਆ ਕਿ ਕਈਆਂ ਨੇ ਤੇ ਜਿੰਮੇ ਵਿਆਹ ਵੀ ਕਰਵਾ ਲਏ ਨੇ ਕਈਆਂ ਨੇ ਹੋਰ ਆਪਣੀ ਲਾਈਫ ਦੇ ਪਲਾਨ ਬਣਾ ਰਹੇ ਨੇ ਸੋ ਹੁਣ ਜਦੋਂ ਇਹ ਇਸ ਵੇਲੇ ਇਹ ਫੈਸਲਾ ਆਇਆ ਤੇ ਤੁਹਾਡੇ ਲਈ ਤੇ ਬੜਾ ਵੱਡਾ ਇਹ ਝਟਕਾ ਬਹੁਤ ਵੱਡਾ ਝਟਕਾ ਹੈ ਕਿਉਂਕਿ ਅਸੀਂ ਸੋਚ ਹੀ ਨਹੀਂ ਸਕਦੇ ਹੈਗੇ ਵੀ ਐਦਾਂ ਕੁਝ ਹੋ ਸਕਦਾ ਹੈ ਅਸੀਂ ਆ ਵੀ ਲਾਈਫ ਪੂਰੀ ਇੱਥੇ ਪਲਾਨ ਕਰ ਚੁੱਕੇ ਹਾਂ ਸਾਰਾ ਕੁਝ ਨਾਲ ਅਸੀਂ ਯੂਜ਼ ਟੂ ਹੋ ਚੁੱਕੇ ਹਾਂ ਕੈਨੇਡਾ ਜੇ ਅਸੀਂ ਕੈਨੇਡਾ ਛੱਡ ਕੇ ਜਾਵਾਂਗੇ ਸਾਡੇ ਲਈ ਬਹੁਤ ਹਾਰ ਹੈ ਇਹ ਚੀਜ਼ ਇਹ ਮਸਲੇ ਪੈਰੈਂਟਸ ਲਈ ਵੀ ਹਾਰਡ ਆ ਇਹ ਚੀਜ਼ ਨਹੀਂ ਪਰ ਕਈਆਂ ਲਈ ਤਾਂ ਜਿਵੇਂ ਜਿਵੇਂ ਕਈਆਂ ਨੇ ਤਾਂ ਵਿਆਹ ਕਰਵਾ ਲਏ ਨੇ ਉਹਨਾਂ ਲਈ ਤਾਂ ਬਹੁਤ ਵੱਡਾ ਪਰਬਲ ਹਾਂਜੀ ਕਈ ਏਦਾਂ ਦੇ ਹੈਗੇ ਮਤਲਬ ਜਿਨ੍ਹਾਂ ਦੇ ਇੰਡੀਆ ਮੈਰਿਜਸ ਹੋਈਆਂ ਹੋਈਆਂ ਆ ਤੇ ਉਹ ਆਪਣੇ ਪਾਰਟਨਰ ਨੂੰ ਉੱਥੇ ਮਿਲ ਨਹੀਂ ਸਕਦੇ ਹੈਗੇ ਜਾਂ ਕਈਆਂ ਦੇ ਬੱਚੇ ਉੱਥੇ ਅਗੇ ਮਤਲਬ ਇੰਡੀਆ ਆ ਤਾਂ ਉਹਨਾਂ ਲਈ ਤਾਂ ਬਹੁਤ ਹਾਰਡ ਆ ਨਾ ਉਹ ਇੱਥੋਂ ਛੱਡ ਕੇ ਜਾਂ ਜਿਵੇਂ ਇੱਥੋਂ ਛੱਡ ਕੇ ਜਾਂਦੇ ਆ ਤਾਂ ਉਹ ਵਾਪਸ ਨਹੀਂ ਆ ਸਕਦੇ ਹੈਗੇ ਤਾਂ ਇਹ ਚੀਜ਼ ਬਹੁਤ ਹਾਰਡ ਆ ਸਾਰਿਆਂ ਲਈ ਤੇ ਤੁਸੀਂ ਫਿਰ ਹੁਣ ਇਹ ਸਾਰੀ ਸਿਚੁਏਸ਼ਨ ਚ ਬੜਾ ਵੱਡਾ ਹੀ ਸੈਟਬੈਕ ਹੈ ਤੁਸੀਂ ਫਿਰ ਹੁਣ ਸੋਚ ਕੀ ਰਹੇ ਹੋ ਕਿ ਕੀ ਮਤਲਬ ਹੈ ਇਸ ਵੇਲੇ ਚੱਲ ਰਿਹਾ ਸਾਰੇ ਜਿਹੜਾ ਤੁਹਾਡਾ ਗਰੁੱਪ ਹੈ ਮਤਲਬ ਹੁਣ ਤਾਂ ਰਾਈਟ ਨਾਉ ਤਾਂ ਅਸੀਂ ਇਹੀ ਕਰ ਰਹੇ ਹਾਂ ਅਸੀਂ ਗਵਰਨਮੈਂਟ ਨੂੰ ਕਹਿ ਰਹੇ ਹਾਂ ਵੀ ਸਾਡੀ ਹੈਲਪ ਕਰੋ ਅਸੀਂ ਵਿਕਟਮਸ ਹਾਂ ਕਿਉਂਕਿ ਸਾਨੂੰ ਨਹੀਂ ਸੀ ਪਤਾ ਕਿਸੇ ਨੂੰ ਜੇ ਇਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਜਿੱਦਾਂ ਅਸੀਂ 에어ਪੋਰਟ ਤੇ ਆਏ ਹਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਇਹ ਆਫਰ ਲੈਟਰ ਫੇਕ ਆ ਉਸ ਤੋਂ ਬਾਅਦ ਅਸੀਂ ਵਰਕ ਪਰਮਿਟ ਅਪਲਾਈ ਕੀਤੀ ਤੇ ਉਦੋਂ ਨਹੀਂ ਪਤਾ ਲੱਗਿਆ ਤੇ ਫਿਰ ਸਾਨੂੰ ਕਿੱਦਾਂ ਪਤਾ ਲੱਗੂਗਾ ਵੀ ਉਹਦੇ ਚ ਇੱਕ ਆਰਗੂਮੈਂਟ ਦਿੰਦੇ ਨੇ ਜਿਹੜੀ ਮੈਂ ਵਕੀਲਾ ਨਾਲ ਗੱਲ ਕੀਤੀ ਹੈ ਕਿ ਜਦੋਂ ਤੁਹਾਨੂੰ ਇਹ ਪਤਾ ਲੱ ਤਾਂ ਉਸ ਵੇਲੇ ਤੁਸੀਂ ਤੁਹਾਨੂੰ ਤੁਹਾਡੇ ਮਤਲਬ ਕੰਨ ਖੜੇ ਹੋਣੇ ਚਾਹੀਦੇ ਸੀ ਕਿ ਕੁਝ ਗੜਬੜ ਹੈ ਤੇ ਤੁਹਾਨੂੰ ਅਥਾਰਟिटीज ਨੂੰ ਇਨਫੋਰਮ ਕਰਨਾ ਚਾਹੀਦਾ ਸੀ ਹਾਂਜੀ ਤੇ ਤੁਸੀਂ ਉਦੋਂ ਤੁਹਾਨੂੰ ਇਹ ਖਿਆਲ ਨਹੀਂ ਆਇਆ ਕਿ ਕੁਝ ਗੜਬੜ ਹੋ ਸਕਦੀ ਓਕੇ ਸਾਨੂੰ ਪਤਾ ਹੀ ਉਦੋਂ ਲੱਗਾ ਜਦੋਂ ਸਾਨੂੰ ਲੈਟਰਸ ਆਈਆਂ ਉਸ ਤੋਂ ਪਹਿਲਾਂ ਤੁਸੀਂ ਇਹ ਸੋਚਿਆ ਹੀ ਨਹੀਂ ਵੀ ਗੱਡਵਾਉਣ ਕਿਉਂਕਿ ਅਸੀਂ ਸੋਚਦੇ ਕਿਦਾਂ ਤੁਸੀਂ ਆਪ ਦੇਖੋ ਹਨਾ ਜਦੋਂ ਸਾਨੂੰ ਉੱਥੇ ਮਤਲਬ ਸਟੱਡੀ ਪਰਮਿਟ ਮਿਲ ਗਿਆ ਵਰਕ ਪਰਮਿਟ ਤੱਕ ਮਿਲ ਗਿਆ ਸਾਰਾ ਕੁਝ ਹੋ ਗਿਆ ਵਰਕ ਪਰਮਿਟ ਤੇ ਵੀ ਆਈ ਥਿੰਕ ਇਹ ਬੈਕਗਰਾਉਂਡ ਚੈੱਕ ਕਰਦੇ ਆ ਤਾਂ ਉਦੋਂ ਨਹੀਂ ਪਤਾ ਲੱਗਿਆ ਤੇ ਹੁਣ ਪਤਾ ਲੱਗਦਾ ਇਹਨਾਂ ਨੂੰ 4-5 ਸਾਲਾਂ ਬਾਅਦ ਤਾਂ ਸਾਨੂੰ ਕਿੱਦਾਂ ਪਤਾ ਲੱਗਿਆ ਹੁਣ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਸਾਡੀ ਵੀ ਗਲਤੀ ਹੈਗੀ ਸੀ ਉੱਥੇ ਵੀ ਅਸੀਂ ਚੈੱਕ ਨਹੀਂ ਕੀਤਾ ਓਕੇ ਇਹ ਕਹਿੰਦੇ ਆ ਵੀ ਸਾਡੇ ਕੋਲ ਅਥਾਰਟੀ ਨਹੀਂ ਸੀਗੀ ਵੀ ਅਸੀਂ ਜਿਹੜਾ ਤੁਹਾਡਾ ਵੀ ਵੀਜ਼ਾ ਚੈੱਕ ਕਰ ਸਕਦੇ ਵੀ ਉਹ ਇਹ ਸੀ ਬੀਐਸਏ ਵਾਲੇ ਕਹਿੰਦੇ ਹਾਂ ਹਾਂ ਜੀ ਜਦੋਂ ਅਸੀਂ ਮਤਲਬ ਸਾਡੀ ਇੰਟਰਵਿਊਜ਼ ਹੋਈਆਂ ਉੱਥੇ ਅਸੀਂ ਪੁੱਛਿਆ ਉਹਨਾਂ ਤੋਂ ਵੀ ਓਕੇ ਜੇ ਸਾਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਵੀ ਤਾਂ ਨਹੀਂ ਨਾ ਪਤਾ ਲੱਗਿਆ ਵੀ ਤੁਸੀਂ ਸਾਨੂੰ ਕਹਿ ਰਹੇ ਹੋ ਥੋੜੀ ਵੀ ਤਾਂ ਉਹਨੀ ਗਲਤੀ ਆ ਬਟ ਉਹ ਕਹਿੰਦੇ ਨਹੀਂ ਕਹਿੰਦੇ ਵੀ ਤੁਸੀਂ ਚੈੱਕ ਕਿਉਂ ਨਹੀਂ ਕੀਤਾ ਤੁਸੀਂ ਡਾਇਰੈਕਟਲੀ অর ਇਨਡਾਇਰੈਕਟਲੀ ਇਨਵੋਲਡ ਹੋ ਓਕੇ ਜਦੋਂ ਉਹਨਾਂ ਨੇ ਸਟੱਡੀ ਪਰ ਮਰਦਤੇ ਵਰਕ ਪਰ ਮਰਦਤੇ ਇਵਨ ਕਈਆਂ ਨੂੰ ਪੀਆਰ ਤੱਕ ਵੀ ਆ ਚੁੱਕੀ ਹੈ ਗਈਆਂ ਦੀ ਉਦੋਂ ਨਹੀਂ ਪਤਾ ਲੱਗਿਆ ਅੱਛਾ ਕੁਝ ਇਹੋ ਜੇ ਵੀ ਨੇ ਜਿਨ੍ਹਾਂ ਦੀ ਪੀਆਰ ਆ ਚੁੱਕੀ ਹੈ ਹਾਂਜੀ ਕਈਆਂ ਦੇ ਏਓਆਰ ਆ ਚੁੱਕੇ ਹੈਗੇ ਅੱਛਾ ਹਾਂਜੀ ਕਈ ਸਟੂਡੈਂਟਸ ਇਦਾਂ ਦੇ ਹੈਗੇ ਅੱਗੇ ਜਿਨ੍ਹਾਂ ਦੇ ਮਤਲਬ ਆ ਚੁੱਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੈਟਰਸ ਮਿਲੇ ਆਏ ਹਾਂ ਹੂੰ ਹੂੰ ਤੇ ਇਹ ਤੇ ਬੜਾ ਫਿਰ ਹੁਣ ਵੱਡਾ ਇੱਕ ਕਿਸਮ ਦਾ ਕ੍ਰਾਈਸਿਸ ਖੜਾ ਹੋਇਆ ਬਹੁਤ ਤੁਹਾਡੇ ਸਾਰੇ ਗਰੁੱਪ ਵਾਸਤੇ ਹਾਂਜੀ ਤੇ ਜੇ ਹੁਣ ਪਰਸਨਲੀ ਹੂੰ ਹੂੰ ਕਿਉਂਕਿ ਹਰ ਬੰਦੇ ਦੀ ਇੱਕ ਆਪਣੀ ਸਿਚੁਏਸ਼ਨ ਹੈ ਤੁਹਾਨੂੰ ਹੁਣ ਜਾਣਾਂ ਪੈਂਦਾ ਮੰਨ ਲਿਆ ਕੋਈ ਫੈਸਲਾ ਤੁਹਾਡੇ ਤੁਹਾਡੇ ਹੱਕ 'ਚ ਨਹੀਂ ਜਾਂਦਾ ਤੇ ਫਿਰ ਕਿਵੇਂ ਤੁਸੀਂ ਸੋਚਦੇ ਹੋ ਤੁਸੀਂ ਕੀ ਕਰੋਗੇ ਇਬਾਹੜਾ ਸੀਰੀਅਸਲੀ ਸੋਚਣਾ ਵੀ ਬਹੁਤ ਜ਼ਿਆਦਾ ਔਖਾ ਹੈ ਸਾਡੇ ਲਈ ਵੀ ਅਸੀਂ ਵਾਪਸ ਜਾਈਏ ਉੱਥੇ ਕਿਉਂਕਿ ਸਾਡੀ ਫੈਮਲੀ ਨੇ ਇੰਨੇ ਪੈਸੇ ਲਾ ਕੇ ਸਾਨੂੰ ਇੱਥੇ ਭੇਜਿਆ ਵੀ ਸਾਡਾ ਫਿਊਚਰ ਸੈੱਟ ਹੋ ਸਕੇ ਸਾਨੂੰ ਵੀ ਇਦਾਂ ਸੀ ਵੀ ਸਾਡਾ ਫਿਊਚਰ ਸੈੱਟ ਹੋ ਜਾਊਗਾ ਲਾਈਕ 4 ਸਾਲਾਂ 5 ਸਾਲ 10 ਸਾਲ ਚ ਵੀ ਇੱਥੇ ਸੈੱਟ ਹੋ ਜਾ ਜੇ ਹੁਣ ਅਸੀਂ ਬੈਕ ਹੋਮ ਜਾਂਦੇ ਆ ਤਾਂ ਉੱਥੇ ਪਹਿਲੀ ਗੱਲ ਤਾਂ ਸਾਰਾ ਕੁਝ ਡਿਫਰੈਂਟ ਆ ਵੀ ਨਾ ਤਾਂ ਉੱਥੇ ਇੰਨੀਆਂ ਆਪਸ਼ਨਸ ਹੈਗੀਆਂ ਫਿਊਚਰ ਲਈ ਹਨਾ ਜਾਂ ਕੁਝ ਵੀ ਤਾਂ ਫੈਮਲੀ ਲਈ ਵੀ ਉਹ ਬਹੁਤ ਔਖਾ ਸਾਡੇ ਲਈ ਵੀ ਉੱਥੇ ਅਕੇ ਐਡਜਸਟ ਕਰਨਾ ਬਹੁਤ ਜ਼ਿਆਦਾ ਔਖ वैसे भी हुण तुसी सारी सारी अपनी लाइफ इथे प्लान कर ली है हां जी प्लान कर चुके हैं। ਤੁਹਾਨੂੰ ਇੱਕ ਕਿਸਮ ਦਾ ਦੁਬਾਰਾ ਆਪਣੀ ਜ਼ੀਰੋ ਤੋਂ ਹਾਂਜੀ ਸਟਾਰਟਿੰਗ ਤੋਂ ਹਾਂਜੀ ਸਟਾਰਟਿੰਗ ਤੋਂ ਲਾਈਫ ਸ਼ੁਰੂ ਕਰਨੀ ਪੈਣੀ ਆ। ਤੇ ਤੁਹਾਨੂੰ ਪਤਾ ਹੀ ਆ ਉਥੇ ਪੰਜਾਬ ਚ ਕਿਦਾਂ ਲੋਕੀ ਕਰਦੇ ਆਗੇ ਔਰ ਨੰਬਰ ਤੇ ਦੇਖੋ ਜੇ ਇਹ ਇਨਵੈਸਟੀਗੇਸ਼ਨ ਖੁੱਲਦੀ ਆ ਹਾਂ ਜੀ ਜੇ ਇਨਵੈਸਟੀਗੇਸ਼ਨ ਖੁੱਲਦੀ ਆ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਅਸਲ ਨੰਬਰ ਕਿਸੇ ਨੂੰ ਨਹੀਂ ਪਤਾ ਕਿ ਇਹ ਤਾਂ ਹੈ ਨਹੀਂ ਕਿ ਕਿ ਕੱਲਾ ਇਹ ਕੰਮ ਸਿਰਫ ਬਰਜੇਸ਼ ਮਿਸ਼ਰਾ ਨੇ ਇਨਵੈਂਟ ਕੀਤਾ ਸੀ ਹਾਂਜੀ ਹੋਰ ਵੀ ਬਹੁਤ ਹੋਣਗੇ ਬੜੀ ਇੱਕ ਪ੍ਰੈਕਟਿਸ ਬੜੇ ਸਕੇਲ ਤੇ ਚੱਲਦੀ ਹੋਈ ਹਾਂਜੀ ਬਹੁਤ ਵੱਡੇ ਸਕੇਲ ਤੇ ਤੇ ਜੇ ਇਹ ਸਾਰਾ ਖ ਹਾਂ ਹਾਂ ਤੇ ਕਾਫੀ ਵੱਡੀ ਹਲਚਲ ਇਹ ਹੋ ਸਕਦੀ ਹੈ ਕਿਉਂਕਿ ਫਿਰ ਇਹ ਗਿਣਤੀ ਸੈਂਕੜੇ ਨਹੀਂ ਹਜ਼ਾਰਾਂ ਚ ਜਾ ਸਕਦੀ ਹਾਂ ਜੀ ਤੇ ਤੁਸੀਂ ਫਿਰ ਹੁਣ ਇਕੱਠੇ ਹੋ ਕਿ ਹੋਰ ਕੋਈ ਹੋਰ ਵੀ ਉਪਰਾਲਾ ਕਰ ਰਿਹਾ ਕਿਉਂਕਿ ਤੁਸੀਂ ਵਿਕਟਮ ਹੋ ਔਰ ਤੁਸੀਂ ਤੁਹਾਨੂੰ ਇਹ ਵੀ ਜਿਹੜੀ ਵੀ ਇੱਕ ਮਹਿਸੂਸ ਕਰਦੇ ਨੇ ਬਹੁਤ ਸਾਰੇ ਲੋਕ ਵੀ ਤੁਹਾਨੂੰ ਤੁਹਾਡੇ ਸਾਰੇ ਮਾਮਲੇ ਨੂੰ ਥੋੜਾ ਕੰਪੈਸ਼ਨੇਟ ਗਰਾਉਂਡ ਤੇ ਦੇਖਣਾ ਚਾਹੀਦਾ ਕੋਈ ਓਕੇ ਜਦੋਂ ਸਾਨੂੰ ਮਤਲਬ ਇਹ ਲੈਟਰਸ ਆਈਆਂ ਸੀਗੀਆਂ ਮਤਲਬ ਹਨਾ ਲਾਸਟ ਈਅਰ ਆਈਆਂ ਸੀ ਸਾਨੂੰ ਲੈਟਰਸ ਸਾਡੀ ਜਦੋਂ ਇਹ ਮਤਲਬ ਇੰਟਰਵਿਊ ਹੋਈ ਸੀਗੀ ਅਸੀਂ ਬਹੁਤ ਐਮਪੀਸ ਕੋਲੇ ਗਏ ਆ ਬਹੁਤ ਐਮਪੀਸ ਨੂੰ ਅਸੀਂ ਈਮੇਲਸ ਕੀਤੀਆਂ ਆ ਈਵਨ ਅਸੀਂ ਲਾਈਕ ਅ ਮਿਨਿਸਟਰ ਜਿਹੜਾ ਆਪਣਾ ਐਜੂਕੇਸ਼ਨ ਮਿਨਿਸਟਰ ਹਨਾ ਉਹਨੂੰ ਵੀ ਅਸੀਂ ਈਮੇਲਸ ਕੀਤੀਆਂ ਬਟ ਸਾਨੂੰ ਕਿਸੇ ਦਾ ਕੋਈ ਰਿਸਪੌਂਸ ਨਹੀਂ ਮਿਲਿਆ ਸਾਰਿਆਂ ਨੇ ਸਾਨੂੰ ਇਹੀ ਕਿਹਾ ਜਿਹੜਾ ਮਤਲਬ ਇਮੀਗ੍ਰੇਸ਼ਨ ਮਿਨਿਸਟਰ ਹਾਂ ਇਮੀਗ੍ਰੇਸ਼ਨ ਮਿਨਿਸਟਰ ਸਾਰਿਆਂ ਨੇ ਸਾਨੂੰ ਇਹੀ ਗੱਲ ਕਹੀ ਵੀ ਅਸੀਂ ਇਸ ਤੇ ਕੁਐਸਚਨ ਨਹੀਂ ਕਰ ਸਕਦੇ ਹੈਗੇ ਤੁਹਾਨੂੰ ਪਤਾ ਤੁਸੀਂ ਇਨਵੋਲਵ ਹੋ ਇਹੀ ਗੱਲ ਕਹੀ ਸਾਨੂੰ ਜਿੱਦਾਂ ਕਿ ਓਕੇ ਠੀਕ ਆ ਕਈਆਂ ਨੂੰ ਨਹੀਂ ਪਤਾ ਲੱਗਿਆ ਓਕੇ ਕਾਫੀ ਦੋ ਤਿੰਨ ਸਟੂਡੈਂਟਸ ਐਦਾਂ ਦੇ ਹੈਗੇ ਜਿਨ੍ਹਾਂ ਦੀ ਮਤਲਬ ਇੰਡੀਆ ਤੋਂ ਉਹਨਾਂ ਨੇ ਆਪਦੀਆਂ ਆਫਰ ਲੈਟਰਸ ਕਾਲਜ ਨੂੰ ਭੇਜੀਆਂ ਸੀਗੀਆਂ ਵੀ ਅਸੀਂ ਸਾਡੀ ਰਜਿਸਟ੍ਰੇਸ਼ਨ ਹੈਗੀ ਆ ਕਿ ਨਹੀਂ ਹੈਗੀ ਤੇ ਕਾਲਜ ਵਾਲਿਆਂ ਨੇ ਇਹ ਗੱਲ ਕਹੀ ਸੀਗੀ ਵੀ ਹਾਂ ਥੋੜੀ ਰਜਿਸਟ੍ਰੇਸ਼ਨ ਇੱਥੇ ਹੈਗੀ ਆ ਅੱਛਾ ਇਸ ਤਰ੍ਹਾਂ ਦੇ ਵੀ ਕੇਸ ਹੈਗੇ ਆ ਇਸ ਤਰ੍ਹਾਂ ਦੇ ਵੀ ਹੈਗੇ ਹੈਗੇ ਤੇ ਉਸ ਤੋਂ ਬਾਅਦ ਉਹ ਚੀਜ਼ ਉਹ ਉਹ ਬੰਦੇ ਨੂੰ ਫੇਰ ਵੀ ਰਿਮੂਵਲ ਆਰਡਰਸ ਮਿਲ ਜਾਂਦੇ ਹੈਗੇ ਮਤਲਬ ਵੀ ਠੀਕ ਆ ਵੀ ਨਹੀਂ ਤੁਸੀਂ ਮਤਲਬ ਫਰਾਡ ਨਹੀਂ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਨਾ ਮੇਰੀ ਕਿਸੇ ਲਾਇਰ ਨਾਲ ਗੱਲ ਹੋ ਰਹੀ ਸੀ ਕਿ ਇਹ ਕੇਸ ਫਿਰ ਜਦੋਂ ਜਾਏਗਾ ਨਾ ਤੁਹਾਡਾ ਸੁਣਵਾਈ ਦੇ ਲੈਵਲ ਤੇ ਜਾਂ ਫੈਡਰਲ ਰਿਵਿਊ ਦੇ ਲੈਵਲ ਤੇ ਉਦੋਂ ਇਹ ਚੀਜ਼ ਉਹਨਾਂ ਦੇ ਹੱਕ ਚ ਜਾ ਸਕਦੀ ਹੈ ਹਾਂਜੀ ਉਕੇ ਉੱਥੇ ਉਹਨਾਂ ਨੇ ਤੇ ਆਪਣੇ ਵੱਲੋਂ ਇਹ ਆਫਰ ਐਫਰਟ ਵੀ ਕੀਤਾ ਸੀ ਵੀ ਕਾਲਜ ਨੂੰ ਲੈਟਰ ਭੇਜੀ ਸੀ ਹਾਂ ਜੀ ਕਈ ਏਦਾਂ ਦੇ ਸਟੂਡੈਂਟਸ ਵੀ ਹੈਗੇ ਹੈਗੇ ਵਿੱਚ ਵੀ ਜਿਨ੍ਹਾਂ ਨੂੰ ਮਤਲਬ ਉਹਨਾਂ ਨੇ ਖੁਦ ਸੀਬੀਐਸਸੀ ਨੇ ਮਤਲਬ ਈਮੇਲਸ ਕੀਤੀਆਂ ਉਹਨਾਂ ਨੂੰ ਵੀ ਓਕੇ ਤੁਹਾਡੀ ਆ ਕਾਲਜ ਐਡਮਿਸ਼ਨ ਹੈ ਨਹੀਂ ਆ ਤੁਸੀਂ ਕਿੱਥੇ ਹੋ ਤਾਂ ਉਹ ਉਹਨਾਂ ਨੇ ਵੀ ਰਿਪਲਾਈ ਕੀਤਾ ਆ ਵੀ ਹਾਂ ਅਸੀਂ ਆ ਰਾਈਟ ਨਾਉ ਅਸੀਂ ਆ ਕਾਲਜ ਚਾ ਹੁਣ ਅਸੀਂ ਸਟੱਡੀ ਪਰਮਿਟ ਤੇ ਆ ਵਰਕ ਪਰਮਿਟ ਤੇ ਸਾਰਾ ਕੁਝ ਬਟ ਫਿਰ ਵੀ ਉਹਨਾਂ ਨੂੰ ਲੈਟਰਸ ਮਿਲ ਨਹੀਂ ਆਇਆ अच्छा कईनु मतलब ਇਸ ਤਰ੍ਹਾਂ ਪਹਿਲਾਂ ਵੀ ਲੈਟਰ ਆਇਆ ਮਤਲਬ ਪਹਿਲਾਂ ਈਮੇਲਸ ਆndੀਆਂ ਆ ਉਹਨਾਂ ਦੀ ਉਹ ਜਦੋਂ ਇਨਵੈਸਟੀਗੇਸ਼ਨ ਕਿਤੇ ਸ਼ੁਰੂ ਹੋ ਗਈ ਹੋਣੀ ਆ ਹਾਂਜੀ ਇਹ ਕੈਦ ਮਤਲਬ ਇੱਕ ਸੇਮ ਕੇਸ ਹੈਗਾ ਕਰਮਜੀਤ ਕੌਰ ਜਿਹੜਾ 2020 ਚ ਹੋਇਆ ਸੀਗਾ ਤੇ ਉਹ ਵੀ ਸੇਮ ਸੈਨਿਕਾ ਕਾਲਜ ਚ ਆਈ ਸੀਗੇ ਉਸ ਤੋਂ ਬਾਅਦ ਉਹ ਮੂਵ ਹੋ ਗਈ ਸੀਗੇ BC ਚ ਤੇ ਰਾਈਟ ਨਾਉ ਉਹਨਾਂ ਨੇ ਮਤਲਬ ਉਹਨਾਂ ਨੇ ਆਈ ਥਿੰਕ ਉਹਨਾਂ ਨੇ ਫੈਡਰਲ ਚ ਅਪੀਲ ਕੀਤੀ ਸੀਗੀ ਤੇ ਉਹ ਰਿਜੈਕਟ ਹੋ ਚੁੱਕੀ ਆ ਉਹਨਾਂ ਦੀ ਉਹ ਮਤਲਬ ਹੈਂਡੀਕੈਪ ਵੀ ਆ ਉਹਨਾਂ ਨੂੰ ਉਹਨਾਂ ਨੇ ਸੁਣੀ ਨਹੀਂ ਹੈਗੀ ਤਾਂ ਸਾਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਸਾਡੀ ਸੁਣ ਨਹੀਂ ਤੁਹਾਨੂੰ ਆਖਰ ਦੇ ਵਿੱਚ ਤੁਹਾਨੂੰ ਇਹ ਲੱਗ ਰਿਹਾ ਵੀ ਤੁਹਾਡੇ ਨਾਲ ਜੋ ਕੁਝ ਵੀ ਇਹ ਕੈਨੇਡਾ ਦਾ ਵੀਜ਼ਾ ਪ੍ਰੋਗਰਾਮ ਚੱਲਦਾ ਇਹਦੇ 'ਚ ਤੁਹਾਡੇ ਨਾਲ ਏਜੰਟ ਨੇ ਤੇ ਧੋਖਾ ਕੀਤਾ ਹੀ ਬਾਕੀ ਵੀ ਜਿਹੜੇ ਹਰ ਲੈਵਲ ਤੇ ਕੈਨੇਡੀਅਨ ਗਵਰਨਮੈਂਟ ਕੈਨੇਡੀਅਨ ਅਥਾਰਟिटीज ਵੀ ਤੁਹਾਡੇ ਨਾਲ ਧੋਖਾ ਕਰ ਰਹੀ ਤੁਹਾਡੇ ਨਾਲ ਧੋਖਾ ਹੋਇਆ ਹਾਂ ਜੀ ओके ਸਾਨੂੰ ਨਹੀਂ ਸੀ ਪਤਾ ਅਸੀਂ ਮੰਨਦੇ ਆ ਸਾਨੂੰ ਨਹੀਂ ਸੀ ਪਤਾ ਠੀਕ ਆ ਸਾਨੂੰ ਨਹੀਂ ਸੀ ਇੰਨੀ ਨੋਲਿਜ ਵੀ ਅਸੀਂ ਮਤਲਬ ਐਦਾਂ ਆ ਗਏ ਆ ਪਰ ਹੁਣ ਤਾਂ ਏਟਲੀਸਟ ਸਾਡੀ ਸੁਣੀ ਜਾਵੇ ਵੀ ਠੀਕ ਆ ਇੱਕ ਸਟੂਡੈਂਟ ਐਦਾਂ ਕਰ ਸਕਦਾ ਦੋ ਸਟੂਡੈਂਟਸ ਐਦਾਂ ਕਰ ਸਕਦੇ ਇੰਨੇ ਸਟੂਡੈਂਟਸ ਨਹੀਂ ਕਰ ਸਕਦੇ ਜੇ ਅਸੀਂ ਐਦਾਂ ਦਾ ਕੁਝ ਕਰਨਾ ਹੁੰਦਾ ਫਿਰ ਅਸੀਂ ਇੱਥੇ ਸਟੱਡੀ ਕਿਉਂ ਲੈਂਦੇ ਹੁਣ ਅਸੀਂ ਸਟੱਡੀ ਇੱਥੇ ਕੀਤੀ ਮਤਲਬ 30000 ਡਾਲਰ ਇਹਨਾਂ ਨੂੰ ਦਿੱਤਾ ਹਨਾ ਮਤਲਬ ਸਟੱਡੀ ਤੇ ਸਪੈਂਡ ਕੀਤਾ ਉਸ ਤੋਂ ਬਾਅਦ ਅਸੀਂ ਵਰਕ ਪਰਮਿਟ ਹੁਣ ਅਸੀਂ ਕੰਮ ਕਰ ਰਹੇ ਆ ਫਿਰ ਜੇ ਅਸੀਂ ਐਦਾਂ ਹੀ ਕੁਝ ਕਰਨਾ ਹੁੰਦਾ ਤਾਂ ਅਸੀਂ ਸਟੱਡੀ ਜਾਂ ਵਰਕ ਪਰਮਿਟ ਕਿਉਂ ਪਤਾ ਨਹੀਂ ਹੁਣ ਇਸ ਕੇਸ ਦਾ ਕੀ ਕੀ ਅੰਤ ਹੁੰਦਾ ਤੇ ਉਮੀਦ ਹੈ ਕਿ ਚਲੋ ਕੋਈ ਨਾ ਕੋਈ ਤੁਹਾਨੂੰ ਕਿਸੇ ਪਾਸਿਓਂ ਕੋਈ ਰਾਹਤ ਮਿਲੇ ਤੇ ਤੁਸੀਂ ਆਪਣੀ ਰਮਨਸਾਰੀ ਕਹਾਣੀ ਸ਼ੇਅਰ ਕੀਤੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ